ਅਸ ਬਿਲਾ ਮਿਨ ਸ਼ੈਤਾਨ ਰਜੀ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਨਾਜ਼ਰੀਨ, ਉਮੀਦ ਆ ਸਾਰੇ ਭੈਣ ਭਰਾ ਠੀਕ ਠਾਕ ਹੋ ਸੰਦਾ। ਅੱਲਾਹ ਤਾਲਾ ਨੇ ਜ਼ਮਾਨੀ ਚੋਂ ਅੱਲਾਹ ਤਾਲਾ ਉਸ ਨੂੰ ਖੁਸ਼ ਰੱਖਿਆ, ਬਾਤ ਰੱਖਿਆ, ਸ਼ਾਦ ਰੱਖਿਆ। ਧੰਨਵਾਦ ਭਰਾ, ਅੱਜ ਮੌਜੂਦ ਆ ਕਾਰ ਤੇ ਅੱਜ ਬਣਾ ਲਗਿਆ ਕਿਆ ਚੀਜ਼ ਆਸਾਂ ਦਾ ਆਣਿਆ ਇੰਨਾ ਕਿ ਦਾਵੇ ਸੋ ਖੁੰਬੀਆਂ ਤੇ ਆਸਾਂ ਇਹ ਆ ਇੱਧਰ ਚੱਕਰ ਹੀ ਕਰਨਾ ਭੈਣਾਂ ਭਰਾ। ਮਾਸ਼ਾ ਅੱਲਾਹ ਆਸਾਂ ਬਣਾ ਲੱਗੇ ਨੇ ਅੱਜ ਦਾਵੇ। ਤੁਸੀਂ ਪਤਾ ਇਹਨਾਂ ਦੇ ਜਿਹੜੇ ਸਾਹਮਣੇ ਪਾਦਰਿਆਂ ਨੇ ਮੌਸਮ ਵਿੱਚ ਇਹ ਚੀਜ਼ ਮਿਲਣੀ ਹੈ। ਇਹ 2 ਮਹੀਨੇ ਹੋਣੇ, ਇਹਨਾਂ 2 ਮਹੀਨਿਆਂ ਵਿੱਚ ਇਹ ਚੀਜ਼ ਮਿਲਣੀ ਹੈ। ਹੁਣ ਇਹ ਜ਼ਰਾ ਇਹ ਐਸਕੀ ਚੈੱਕ ਕਰੀ ਕਰੋ, ਮਾਸ਼ਾ ਅੱਲਾਹ ਜ਼ਬਰਦਸਤ ਹੈ ਮੀਂਹ ਤੇ ਮਾਸ਼ਾ ਅੱਲਾਹ ਭੈਣਾਂ ਭਰਾਓ ਅੱਜ ਇਹ ਬਨਾਸਾਂ ਆ। ਇਹ ਮਿਲਣੇ 2 ਮਹੀਨੇ ਹੋਣੇ, ਜਾਂ ਸਾਹਮਣੇ ਤੇ ਜਾਂ ਪਾਦਰਿਆਂ 'ਚ। ਜਿਸ ਟਾਈਮ ਬਾਰਿਸ਼ ਹੋ ਜਾਣੀ ਉਸ ਤੋਂ ਬਾਅਦ ਬੱਦਲ ਗੱਜਣਾ ਆ ਤਾਂ ਉਸ ਟਾਈਮ ਇਹ ਬਾਹਰ ਨਿਕਲਣੇ। ਇਸ ਤੋਂ ਇਲਾਵਾ ਇਹ ਨਹੀਂ ਮਿਲੇ, ਇਹ ਗੱਲਾਂ ਨਵੀਂ ਪੂਰਾ ਸਾਲ ਨਹੀਂ ਮਿਲੇ। ਇਹ ਬੜੇ ਜ਼ਬਰਦਸਤ ਹੋਣੇ ਨੇ ਇਹਨਾਂ ਮਹੀਨਿਆਂ ਵਿੱਚ। ਜਿੱਥੇ ਮਿਲਣ ਤੁਸੀਂ ਆਣੀ ਧੋਈ ਤਾਈ ਤੇ ਸਾਫ ਸੂਫ ਕਰੀ ਇੰਨਾ ਕੀ ਆਸਾਂ ਬਣਾਸਾਂ ਆ। ਬਣਾਉਣਾ ਕਿਸ ਤਰੀਕੇ ਨਾਲ ਉਹ ਤੁਸੀਂ ਮੁਕੰਮਲ ਦੱਸਾਂ। ਇਹ ਗੱਲ ਆਪਾਂ ਚੰਗੇ ਹੋਣੇ ਨਹੀਂ ਚੰਗੇ ਹੋਣੇ ਉਹਦੇ ਇਸ ਨੇ ਫਿਰਦੇ ਵੀ ਨੇ, ਇਹ ਕੋਈ ਜੋੜਾਂ ਨਾਲ ਦਰਦ ਸ਼ਾਇਦ ਹੋਣਾ ਹੋਇਆ, ਕਮਰ ਨਾਲ ਦਰਦ ਆ, ਗੋਡਿਆਂ ਨਾਲ ਦਰਦ ਆ, ਇਹ ਖਾਣੇ ਦੇ ਸੋ ਤੁਸਾਂ ਕਿ ਇਹਨਾਂ ਨਾਲ ਫਾਇਦਾ ਬੜਾ ਨੇ। ਨਾਲੋ ਨਾਲ ਤੁਸਾਂ ਕੀ ਦੱਸਿਆ ਕਿਸ ਤਰੀਕੇ ਨਾਲ ਇਹ ਅਸਾਂ ਕੁਤਰੀ ਕਹਿੰਦਾ ਪਿਆਸ ਇਹ ਬਾਈ ਕਹਿੰਦੇ ਇਹਨਾਂ ਕਿਉਂ ਅਸਾਂ ਪੋਰਸਾਂ ਆ ਪੋਰੀ ਨਿੱਕੇ ਨਿੱਕੇ ਪੀਸ ਕਰਸਾਂ ਇਹ ਰੱਖੇ ਤਾਂ ਸਨ ਅਸਾਂ। ਚਲੋ ਭੈਣਾਂ ਭਰਾ ਕੀ ਪੂਰਾ ਮੁਕੰਮਲ ਦੱਸੀ ਬੜਾ ਕਿਆ ਚੀਜ਼ ਹੈ ਇਹ ਅਸਾਂ ਦਾ ਆਣਿਆ ਦਾਵੇ ਤੇ ਉਰਦੂ ਜ਼ਬਾਨ ਜਿਸ ਕੀ ਖੁੰਬੀ ਆਣੇ ਖੁੰਬੀ ਤੇ ਅਸਾਂ ਨੋਰਮਲ ਦੇਸੀ ਜ਼ਬਾਨ ਹੀ ਸਾਡੀ ਤਾਂ ਪਹਾੜੀ ਜ਼ਬਾਨ ਹੈ ਉਸਨੇ ਅਸਾਂ ਦਾਵੇ ਆਣੇ ਆ। ਭੈਣਾਂ ਭਰਾ ਹੁਣ ਬਣਾਉਣੇ ਆ ਸਟਾਰਟ ਕਰਨੇ ਆ ਤੇ ਇੰਨਾ ਹੀ ਪੋਰਸਾਂ ਛੋਟੇ ਛੋਟੇ ਕਰਸਾਂ ਇਹ ਇਸ ਤਰੀਕੇ ਨਾਲ ਨਿੱਕੇ ਨਿੱਕੇ ਪੰਸਾਂ ਫਿਰ ਗਲੀ ਜਾਤਾਂ ਨਾਲ ਪਿਆਜ਼ ਬਸਾਂ ਦਾ ਨਾਲ ਉਹਦਾ ਟਮਾਟਰ ਕੁਤਰੀ ਜਾਂਦਾ ਹੈ ਤਾਂ ਅਮੀ ਇਹ ਪਾਣੀ ਲੋ ਕਰਨੇ ਜੋ ਆ ਹਮੇ ਆ ਕੁਤਰਨੇ ਦਾ ਸਾਇਆ ਦੱਸਿਆ ਤੇ ਕਿ ਇਸ ਤਰੀਕੇ ਨਾਲ ਕੁਤਰੀ ਜੋ ਲੋ ਤੇ ਇਹ ਮਿਲ ਲੈਣ ਸੇ ਬਤਾ ਬੜੀ ਮੁਸ਼ਕਲਾਂ ਨਾਲ ਉਹ ਮੈਂ ਗਿਆ ਬਾਰਿਸ਼ 'ਚ ਤੇ ਬਾਰਿਸ਼ ਵੀ ਲੱਗੀ ਸੀ ਆ ਥੋੜ੍ਹੀ ਥੋੜ੍ਹੀ ਤੇ ਮੈਂ ਉੱਥੋਂ ਗਿਆ ਆ ਤੇ ਉੱਥੋਂ ਫਿਰ ਮੈਂ ਆਉਂਦੇ ਤੇ ਉਸ ਟਾਈਮ ਬਾਰਿਸ਼ ਲੱਗੀ ਸੀ ਫੋਨ ਮੈਂ ਬਾਹਰ ਨਾ ਕੱਢੀ ਸਕਿਆ ਹੈ ਤੇ ਨਹੀਂ ਤਾਂ ਮੈਂ ਬਣਾ ਕਿਸ ਤਰੀਕੇ ਨਾਲ ਲਾਉਣੇ ਬਾੜੀਆਂ ਵਿੱਚ ਬੜੇ ਮੁਸ਼ਕਲਾਂ ਨਾਲ ਮਿਲਦੇ ਬੜੇ ਦਿਹਾੜੇ ਅੱਗੇ ਲਾਉਣਾ ਸਾਂਭਾ ਨਾਲ ਨਾਲ ਭੈਣਾਂ ਭਰਾ ਕੀ ਦੱਸਾਂ ਜਾਂ ਬਣਾਉਣੇ ਆ ਟਰੀਕਾ ਵੀ ਤਾਂ ਨਾਲ ਖੁਦ ਵੀ ਖਾਇਆ ਬੜੀ ਜ਼ਬਰਦਸਤ ਚੀਜ਼ ਆ ਇਹ। ਚਲੋ ਨਾਲ ਨੂੰ ਭੈਣਾਂ ਭਰਾ ਇਹ ਨਹੀਂ ਹੈ ਕਿ ਹੁਣ ਖੋਈ ਤੇ ਰੱਖੀ ਉਡਾਂ ਤਾਂ ਕੱਲ੍ਹ ਬਣਾ ਸਾਮਣਾ ਕੱਲ੍ਹ ਖਰਾਬ ਹੋ ਜਾਣੇ ਘੰਟਾ ਕਰੇ ਸਨ ਇਹਨਾਂ ਨਾਲ ਕਲਰ ਕਾਲਾ ਹੋ ਜਾਣਾ ਆ ਤੇ ਇਸ ਮਾਰੇ ਜਿਹੜਾ ਨਹੀਂ ਹੈ ਜੈਸਾ ਹੀ ਆਣੋ ਉਸੇ ਤਰੀਕੇ ਨਾਲ ਧੋਈ ਸਾਫ਼ ਸੁਫ ਕਰੀ ਆਰਾਮ ਸਕੂਨ ਨਾਲ ਬਣਾਓ ਤੇ ਬੜੇ ਮਜ਼ੇਦਾਰ ਬਣਨੇ। ਆਸਾਂ ਸੀ ਬਸਾਂ ਕਿਆ ਚੀਜ਼ ਪਿਆਜ਼ ਟਮਾਟਰ ਦਾਵੇ ਤੇ ਆਸਾਂ ਕੁਤਰੀ ਕਹਿੰਦੇ ਨਿੱਕੇ ਨਿੱਕੇ ਤੇ ਹੁਣ ਸਭ ਤੋਂ ਪਹਿਲਾਂ ਆਸਾਂ ਕਿਆ ਕੀਤਾ ਆ ਪਿਆਜ਼ ਬਹਿਆ ਤਾਂ ਨਾਲ ਉਸਨੇ ਵਿੱਚ ਥੋੜ੍ਹਾ ਜਿਹਾ ਘਿਓ ਪਾਈ ਬੜਿਆ ਆ। ਹੁਣ ਤਾਂ ਕਿਆ ਕਿਸ ਤਰੀਕੇ ਨਾਲ ਆਸਾਂ ਬਣਾਉਣੇ ਆ ਇਸਨੇ ਵਿੱਚ ਨਾ ਮਿਰਚਾਂ ਪਾਉਣੀਆਂ ਦੁਨੀਆਂ ਸਬਜ਼ ਨਾ ਹੀ ਤੰਦੇਲ ਪਾਉਣਾ ਤਾਂ ਨਾ ਹੀ ਸੁੱਕਾ ਤੰਦੇਲ ਪਾਉਣਾ ਹੋਰ ਇਸ ਤੋਂ ਇਲਾਵਾ ਜ਼ਿਆਦਾ ਕੋਈ ਚੀਜ਼ ਨਹੀਂ ਪਾਉਣੀ ਹੈ ਤੇ ਤੁਹਾਨੂੰ ਚੈੱਕ ਕਰਿਆ ਬਣਸਨ ਕਿਸ ਤਰੀਕੇ ਨਾਲ ਅੰਮੀ ਅੰਡਿਆਂ ਬਣੇ ਅੰਡਿਆਂ ਬਣਨੇ ਆਉਣੇ ਨਾਲੋ ਨਾਲ ਇਹ ਪਿਆਜ਼ ਇਸ ਟਾਈਮ ਥੋੜ੍ਹਾ ਜਿਹਾ ਸੂਹਾ ਸੀ ਉਸ ਤੋਂ ਬਾਅਦ ਫਿਰ ਇਹ ਚੀਜ਼ ਟਮਾਟਰ ਪਾਸਾਂ ਪਾਓ ਪਿਆਜ਼ ਹੋ ਗਿਆ ਸੂਹਾ ਤੇ ਨਾਲੋ ਨਾਲ ਬਾਈ ਉਸ ਟਮਾਟਰ ਇਹ ਵੀ ਭੁੱਜੀ ਜਾਣ ਵਾਲੇ ਨਾਲ ਟਮਾਟਰ ਵੀ
ਸੀਜ਼ਨੇ ਪਏ ਸਨ ਨਾਲੋ ਨਾਲ, ਪਿਆਜ਼ ਵੀ ਗਿਆ ਸੂਆ ਅਮੀ ਨੂੰ ਕਿਆ ਚੀਜ਼ ਵਾਸੋ ਪੁਰਾਣੇ ਬੰਦੇ ਚੀਜ਼ ਬਣਾਈ ਚੁੱਕੇ ਨੇ, ਹੁਣ ਤਾਂ ਦਾਅਵੇ ਹੋਣਾ ਹੀ ਕੋਈ ਬੂੰਹ ਘੱਟ ਹੋਣੇ, ਪਹਿਲੇ ਦੌਰੀ ਜਾਣੇ ਬੜੇ ਹੋਣੇ ਹੋਏ ਸਨ, ਹੁਣ ਹੋਣੇ ਹੀ ਥੋੜੇ ਥੋੜੇ, ਇਹ ਵੀ ਬੜੇ ਦਿਹਾੜਿਆਂ ਤੋਂ ਬਾਅਦ ਮਿਲੇ ਆਏ, ਪੰਜ ਸੱਤ ਮਿਲੇ ਨਿੱਕੇ ਨਿੱਕੇ, ਵੈਸੇ ਦਾਅਵੇ ਬੜੇ ਬੜੇ ਹੋਣੇ ਮਾਸ਼ਾਅੱਲਾ, ਇਹ ਹੋਣੇ ਵੀ ਜ਼ਬਰਦਸਤ ਹੈ, ਚੰਗੀ ਚੀਜ਼ ਹੈ, ਸਿਹਤ ਵਾਸਤੇ ਵੀ ਚੰਗੀ ਚੀਜ਼ ਹੈ। ਅੱਗੇ ਮੱਛਾਂ ਬਾਈ ਹੋ ਰਹੀ ਹਾਂਜੀ, ਤਾਂ ਨਾਲ ਨਮਕ ਵੀ ਪਈ ਗਿਆ, ਨਮਕ ਤਾਂ ਅੱਗੇ ਭੈਣ ਉੱਪਰੋਂ ਸੀ, ਇਸ ਨੇ ਬਾਣੀ ਹੋਰ ਕੋਈ ਚੀਜ਼ ਨਹੀਂ ਬਾਣੀ ਹੈ, ਮਸਾਲਾ ਥੋੜ੍ਹਾ ਬਾਈ ਹੋ ਰਿਹਾ, ਮਸਾਲਾ ਸੜੀ ਨਾ ਜਾਏ, ਥੋੜ੍ਹੀ ਜਿਹੀ ਦੇਰ ਰੱਖਾਂ ਆ ਅੱਗੇ ਜਿਸ ਟਾਈਮ ਕੋਈ ਜੀਜਾ ਸੀ ਨਾ, ਉਸ ਤੋਂ ਬਾਅਦ ਫਿਰ ਇਹ ਬਾਈ ਹੋਰ ਸਾਂ ਦਾਵੇ ਅਤੇ ਖੁੰਬੀਆਂ ਸਵਾਦ ਵੀ ਅੰਤਿਆਂ ਵਸੀ ਬਣਾਈ ਤਾਂ ਖਾਈ ਉੜਿਆ, ਉਹ ਜ਼ਹਿਰੀਲੇ ਹੋਣੇ, ਉਹ ਜ਼ਹਿਰ ਹੋਣਾ ਮੀਰਾ, ਤੇ ਇਹ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਨਾ, ਇਹ ਅੱਜ ਮਿਲਣ ਅਗਰ ਅੱਜ ਬਣਾਇਆ, ਇਹ ਨਹੀਂ ਹੈ ਕਿ ਹੁਣ ਆਉਂਦੇ ਪੱਟੀਆਂ ਦੇ ਬਾੜੀ ਚੋਂ ਰੱਖੀ ਹੋੜੇ ਨਾ, ਇਹ ਆਨੇ ਫੌਰੀ ਧੋਈ ਸਾਫ ਸੁਫ ਕਰੀ ਤੇ ਮੁੜੀ ਉਸ ਤੋਂ ਬਾਅਦ ਕੱਟ ਕਟਾ ਕਰੀ ਤਾਂ ਇਹ ਫੌਰੀ ਬਣਾਈ ਤਾਂ ਖਾਈ ਹੋਣਾ, ਮਸਾਲਾ ਸਾਲਾ ਭੁੱਜੀ ਗਿਆ ਤੇ ਹੁਣ ਇਹ ਬਾਈ ਹੋਣੀ ਆ, ਮਾਸ਼ਾ ਅੱਲਾ ਜ਼ਬਰਦਸਤ, ਥੋੜਾ ਪਾਣੀ ਲਾਈ ਹੋਣਾ, ਥੋੜੇ ਜਿਹੇ ਗਲੀ ਜਾ ਸਾਂ, ਮਾਸ਼ਾਅੱਲਾ ਹੈ ਥੇ ਲਵੇ ਹੋਣੇ ਵਾਸਤੇ ਲਵੇ ਨਾ, ਬਸ ਖਾਲੀ ਅੰਟੀ ਆ ਗਈ ਤੇ ਬਿਆਨ ਅੰਟੀ ਆ ਗਈ ਜੀ ਕਹਣਾ ਬਰੋ, ਮਸਲਾ ਇੱਕ ਹੋਰ ਵੀ ਹੈ ਬਰੋ, ਬੱਕਰੀ ਸਾਰੀ ਗਮਤੀ ਵੀ ਤੇ ਉਸ ਤੋਂ ਬਾਅਦ ਫਿਰ ਇਹ ਖਾਈ ਪੀ ਨਾ ਤੇ ਫਿਰ ਜਾਣਾ ਆ, ਬੱਕਰੀ ਜੀ ਵੀ ਲਾਉਣਾ ਆ ਜੀ, ਉਹ ਵੀ ਨਾ ਉਹ ਵੀ ਨਾ ਬੁਰਾ ਕਿਨਾਰਾ ਲੱਗੀ ਜਾਈ ਹੈ, ਅੱਜ ਤ੍ਰੀਆ ਚੌਥਾ ਦੜਾ ਜਾਂ ਲੱਭਣੀ ਕੋਣੀ ਵੀ ਬੜਾ ਮਸਲਾ ਹੁੰਦਾ ਵਾ, ਤੇ ਜਾਸਾਂ ਆ ਤੇ ਫਿਰ ਸਰਚ ਕਰਸਾਂ ਏਰੀਏ, ਮੈਂ ਤਾਂ ਜਾਸਾਂ ਇਸ ਪਾਰੇ ਏਰੀਏ ਚੰਮੀ, ਤੁਸਾਂ ਆਪਣੇ ਏਰੀਏ ਚ ਗ੍ਰਾਂਚ ਚੱਕਰੇ ਨਾ, ਲਾਉਣੀ ਅੱਜ ਲਾਜ਼ਮੀ ਲਾਉਣੀ ਆ, ਉਸਕੀ ਬੜਾ ਮਸਲਾ ਬਣਦੇ ਆ, ਵਾਹ ਅੰਮੀ ਸਹੀ ਮਾਸ਼ਾਅੱਲਾ, ਇਹ ਤਾਂ ਕਦੋਂ ਬਣਾਉਣ ਪ੍ਰੋ,
ਯਾਦ ਨਹੀਂ ਅਸਾਂ ਇਹ ਸਰਪੈਨ ਰੱਖਿਆ ਸਾਂ ਬੱਬੇ ਥੋੜੀ ਇਸਨੇ ਵੀ ਸੋਫੇ ਬਣੀ ਜਾਂ ਸੋਫੇ ਬਣੀ ਜਾਂ ਸਾਂ ਨਾ ਜਲਦੀ ਬਣੀ ਜਾਂ ਸਾਂ ਤੇ ਵੈਸੇ ਜ਼ਿਆਦਾਤਰ ਫੋਕਸ ਜੋੜਾਂ ਵਾਸਤੇ ਹੈ ਸਿਹਤ ਨਾਲ ਰਾਹ ਵੀ ਇਹ ਜਾਣਾ ਹੈ ਮਾਸ਼ਾਅੱਲਾ ਚੰਗੀ ਚੀਜ਼ ਹੈ ਪਹਿਲੇ ਸਾਮਾਨ ਵੱਧ ਰਿਹਾ ਹੋਣਾ ਸੀ ਉਹਨਾਂ ਦਿਨਾਂ 'ਚ ਫਿਰ ਤੁਸੀਂ ਬਤਾਇਆ ਕਾਸ਼ਾ ਰਹਿੰਦੇ ਹੋਣੇ ਸਨ ਭੜਾ ਸਹਿਣਾ ਵੀ ਹੋਣੇ ਸਨ ਬਦਲ ਸ਼ਦਲ ਵੀ ਗੱਜਣੇ ਹੋਣੇ ਸਨ ਅਤੇ ਇਹ ਫਿਰ ਹੋਣੇ ਹੋਣੇ ਸਨ ਤਾਂ ਹੁਣ ਥੋੜ੍ਹਾ ਜਿਹਾ ਬਦਲ ਜ਼ਰਾ ਮਸਾ ਗੱਜਿਆ ਆ ਸਾਹਮਣੇ ਗਿਆ ਮੈਂ ਚਲੋ ਮਤਾ ਕੋ ਮਿਲੀ ਜਾਂ ਤਾਂ ਗਿਆ ਵਾਕਈ ਮਿਲੀ ਗਏ ਮਾੜੇ ਨਸੀਬਾਂ 'ਚ ਆ ਸਨ ਕਿਹਾ ਇੱਕ ਦੋ ਦਵਾ ਗਿਆ ਆ ਮਿੱਕੀ ਨਹੀਂ ਮਿਲੇ ਇਹ ਗੱਲ ਨਾਮੀ ਬਾਰਿਸ਼ਾਂ ਵੀ ਬੂਹ ਹੋਈਆਂ ਸਾਮਣ ਪਾ ਦਿਓ ਇਤਨਾ ਬਾਰਿਸ਼ਾਂ ਹੋਈਆਂ ਨਾ ਅੰਮੀ ਕਹਿ ਚਲੋ ਤੱਕਣੇ ਨਹੀਂ ਕਰ ਸਕਦੇ ਤਿਆਰ ਬਣਦੇ ਹਾਂ ਅੱਜ ਤਾਂ ਮੈਂ ਦਿਲ ਸੀ ਮੈਂ ਅੰਮੀ ਆਪ ਜਾਣੇ ਆ ਲਾਉਂਦੇ ਹਾਂ ਅਤੇ ਮਿਲੀ ਕੇ ਤਾਂ ਬਣਾਸਾਂ ਗਲਾਸਾਂ ਲਾ ਲਈਆਂ ਇਹ ਇੱਕ ਦਵਾ ਇੱਧਰ ਚੈੱਕ ਕਰੀ ਕਣੋ ਮਾਸ਼ਾਅੱਲਾ ਦਵੇ ਨਾਲ ਸਾਲਣ ਹੋਈ ਗਿਆ ਤਿਆਰ ਮਾਸ਼ਾਅੱਲਾ ਖਾਸਾਂ ਆ ਸਾਰੇ ਹੁਣ ਬਸ ਆ ਤੇ ਦੇਸਾਂ ਤੋਂ ਕੀ ਵੀ ਤੇ ਖਾ ਤੇ ਤੱਕ ਕਿਸਰ ਬਣਦੇ ਵੀ ਮਾੜੇ ਭੈਣਾਂ ਭਰਾਓ ਕਿਸਾਂ ਵੀ ਤੱਕੀ ਕਿਵੇਂ ਆਈ ਕਿਸਰਾ ਬਣਨੇ ਕਿਸੇ ਪੁਰਾਣੀਆਂ ਬੁੜੀਆਂ ਬਣਾਉਣੀਆਂ ਹੋਣੀਆਂ ਸੀ ਤਾਂ ਅੱਜ ਕੱਲ੍ਹ ਹੁਣ ਨਵੀਆਂ ਬੱਚੀਆਂ ਹੀ ਉਹਨਾਂ ਦੀ ਕੁੜੀ ਸਮਝ ਤਾਂ ਮੈਂ ਫਿਰ ਕੋਈ ਲੋਹੜੀ ਲਾੜੀ ਤੇ ਮੈਂ ਕਿਹਾ ਚਲੋ ਇਮਰਾਨ ਕੇ ਆਖ ਕਿੰਨੀਆਂ ਬਣਾ ਤੇ ਇਹ ਬਣਾਈ ਹੁਣ ਇਮਰਾਨ ਤੋਂ ਚੱਕ ਕੀ ਜੀ ਬਣਦੇ ਮੈਂ ਚੈੱਕ ਕਰ ਸਾਂ ਭੈਣਾ ਭਰਾਓ ਭੈਣਾ ਭਰਾਓ ਅਗਰ ਤੁਸਾਂ ਕੀ ਮਿਲਣ ਨਾ ਫੌਰੀ ਤੌਰ ਪਰ ਬਣਾਓ ਬੜੇ ਮਾਸ਼ਾਅੱਲਾ ਜ਼ਾਇਕੇਦਾਰ ਵੀ ਹੋਣੇ ਤਾਂ ਖਾਣੇ 'ਚ ਵੀ ਬੜੇ ਸਵਾਦੀ ਵੀ ਹੋਣੇ ਤਾਂ ਮੁਫੀਦ ਵੀ ਹੈ ਤੇ ਜਿਹੜੀ ਚੀਜ਼ ਫਾਇਦਾਮੰਦ ਹੈ ਤਾਂ ਉਹ ਲਾਜ਼ਮੀ ਖਾਣੀ ਚਾਹੀਦੀ ਤੁਸੀਂ ਪਤਾ ਇਹਨਾਂ ਦਿਨਾਂ 'ਚ ਹੀ ਹੋਣੇ ਤਾਂ ਇਹਨਾਂ ਦਿਨਾਂ 'ਚ ਅਗਰ ਪੂਰਾ ਤੱਕੋ ਤਾਂ ਕਿੰਨੀਆਂ ਆਣੋ ਤਾਂ ਉਸ ਕੀ ਮੋੜੇ ਫਿਰ ਇਸੇ ਤਰੀਕੇ ਨਾਲ ਬਣਾਓ ਤਾਂ ਫਿਰ ਖਾਓ ਤਾਂ ਮਾਸ਼ਾਅੱਲਾ ਫਿਰ ਅਸਾਂ ਕੀ ਕਮੈਂਟ ਕਰੀ ਤਾਂ ਦੱਸੀ ਹੋਇਆ ਤਾਂ ਭੈਣੋ ਭਰਾਓ ਮਾੜੇ ਚੈਨਲ ਕੀ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਨਾ ਭੁੱਲਿਆ ਨਾ ਟੱਲੀ ਜ਼ਰੂਰ ਮਾਰਿਆ ਮਿਲਸਾਂ ਇੱਕ ਨਵੇਂ ਵਿਲਾਗ ਨਾਲ ਅੱਛੀ ਅੱਛੀ ਵੀਡੀਓ ਨਾਲ ਤਦ ਤੱਕ ਖੁਦਾ ਹਾਫਿਜ਼।